D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸੁਖਵੀਰ ਸਿੰਘ। ਇਸ ਵੇਲੇ ਦੀ ਵੱਡੀ ਖਬਰ, ਸਤਰਾਣਾ ਤੋਂ ਸਾਬਕਾ ਵਿਧਾਇਕ ਸਤਪਾਲ ਸਿੰਘ ਮੋਹੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ, ਜਿਨ੍ਹਾਂ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਹੈ। ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 2008 ਅਤੇ 2009 ਦੌਰਾਨ 312 ਮੈਡੀਕਲ ਅਫਸਰਾਂ ਦੀ ਭਰਤੀ ਦੇ ਮਾਮਲੇ ਦੇ ਵਿੱਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਇਸ ਦੇ ਨਾਲ 4 ਹੋਰ ਮੈਂਬਰਾਂ ਵਿਰੁੱਧ ਜਿਹੜਾ ਕੇਸ ਦਰਜ ਕੀਤਾ ਗਿਆ ਹੈ। ਤਾਂ ਇਸ ਮਾਮਲੇ ਦੇ ਵਿੱਚ ਜਿਹੜਾ ਸਾਬਕਾ ਵਿਧਾਇਕ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਬਾਕੀ ਮੁਲਜ਼ਮਾਂ ਦੀ ਭਾਲ ਲਗਾਤਾਰ ਜਾਰੀ ਹੈ ਅਤੇ ਥਾਂ ਥਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦੱਸਿਆ ਹੈ ਕਿ ਇਹ ਮਾਮਲਾ SIT ਦੀ ਜਾਂਚ ਤੋਂ ਬਾਅਦ ਜਿਹੜਾ ਦਰਜ ਕੀਤਾ ਗਿਆ ਹੈ। ਵੇਰਵੇ ਦੇ ਵਿੱਚ ਉਹਨਾਂ ਨੇ ਖੁਲਾਸਾ ਕਰਦੇ ਹੋਏ ਦੱਸਿਆ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ PPSC ਦੁਆਰਾ 312 SOM ਦੀ ਭਰਤੀ ਦੌਰਾਨ ਹੋਈਆਂ ਬੇਨਜ਼ਮੀਆਂ ਨੂੰ ਚੁਣੌਤੀ ਦਿੰਦੇ ਹੋਏ ਇੱਕ ਪਟੀਸ਼ਨ ਪਾਈ ਗਈ ਸੀ, ਜਿਸ ਦਾ ਨਿਪਟਾਰਾ ਹੋਇਆ। ਤਾਂ ਇਸ ਪੂਰੇ ਮਾਮਲੇ ਦੀ ਜਾਂਚ ਦੇ ਲਈ 22/11/2013 ਨੂੰ ਇੱਕ SIT ਦਾ ਗਠਨ ਕੀਤਾ ਗਿਆ ਅਤੇ ਉਸਦੇ ਹੁਕਮਾਂ ਦੇ ਆਧਾਰ 'ਤੇ ਹੁਣ ਜਿਹੜੀ ਇਹਨਾਂ ਖਿਲਾਫ਼ ਜਿਹੜੀ ਕਾਰਵਾਈ ਕੀਤੀ ਗਈ। ਵਿਜੀਲੈਂਸ ਨੇ ਅੱਜ ਕੋਰਟ ਦੇ ਵਿੱਚ ਦਰਖਾਸਤ ਦਿੱਤੀ ਸੀ ਅਤੇ 3 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਸੀਗਾ, ਜਿਸ ਨੂੰ ਅਸੀਂ ਅਪੋਜ਼ ਕੀਤਾ ਸੀ ਕਿ ਜਿਹੜਾ ਇਹ ਰਿਮਾਂਡ ਦੀ ਰਿਕੁਐਸਟ ਹੈ ਇਹ ਅਨਜੈਨੂਇਨ ਹੈ, ਬਿਕੋਜ਼ ਸਤਵੰਤ ਸਿੰਘ ਮੋਹੀ ਜੀ 73 ਈਅਰਸ ਆਫ ਏਜ ਨੇ, ਕਾਫੀ ਬਿਮਾਰੀਆਂ ਤੋਂ ਉਹ ਗ੍ਰਸਤ ਨੇ, ਬ੍ਰੇਨ ਸਟ੍ਰੋਕ ਹੋ ਕੇ ਹਟਿਆ ਅਤੇ ਕਸਟੋਡੀਅਲ ਇੰਟਰੋਗੇਸ਼ਨ ਆਲਰੇਡੀ ਕੰਪਲੀਟ ਕਰ ਚੁੱਕੇ ਨੇ। ਡਾਕੂਮੈਂਟਰੀ ਬੇਸਡ ਕੇਸ ਹੈ ਔਰ ਡਾਕੂਮੈਂਟਸ ਆਲਰੇਡੀ ਵਿਜੀਲੈਂਸ ਦੇ ਕਬਜ਼ੇ 'ਚ ਨੇ ਅਤੇ ਨਾਲ ਹੀ ਹਾਈਕੋਰਟ ਦੇ ਵਿੱਚ ਵੀ ਜਦੋਂ ਅਸੀਂ ਪਟੀਸ਼ਨ ਰਿਪਲਾਈ ਫਾਈਲ ਕੀਤਾ ਸੀ ਉਹਦੇ 'ਚ ਵੀ ਅਸੀਂ ਸਾਰੇ ਡਾਕੂਮੈਂਟਸ ਔਨ ਰਿਕਾਰਡ ਲਗਾ ਦਿੱਤੇ ਸੀ। ਸਾਡੀ ਦਲੀਲਾਂ ਨੂੰ ਮੰਨਦੇ ਹੋਏ ਅੱਜ ਜੱਜ ਸਾਹਿਬ ਨੇ 1 ਦਿਨ ਦਾ ਸਿਰਫ ਪੁਲਿਸ ਰਿਮਾਂਡ ਦਿੱਤਾ। ਸਰ ਰਿਕਾਰਡ ਹਾਲੇ ਤੱਕ ਵਿਜੀਲੈਂਸ ਨੇ ਵੀ ਨਹੀਂ ਪੇਸ਼ ਕੀਤਾ, ਨਾ ਹੀ ਵਿਜੀਲੈਂਸ ਨੇ ਹਾਲੇ ਤੱਕ ਕੋਈ ਇਸ ਤਰੀਕੇ ਦਾ ਕੋਈ ਪੁਖਤਾ ਸਬੂਤ ਦਿੱਤਾ ਜਿਸਦੇ ਨਾਲ ਸ਼ਮੂਲੀਅਤ ਬਾਰੇ ਕੋਈ ਐਵੀਡੈਂਸ ਸਾਹਮਣੇ ਆਉਂਦਾ ਹੋਵੇ। ਠੀਕ ਹੈ, FIR ਹੋਈ ਹੈ, ਇਨਵੈਸਟੀਗੇਸ਼ਨ ਉਹਨਾਂ ਨੇ ਕਿਹਾ ਵੀ ਅਸੀਂ ਸ਼ੁਰੂ ਕੀਤੀ ਆ, ਬਟ ਐਟ ਦ ਸਟੇਜ ਹੁਣ ਤੱਕ ਜੋ ਅਦਾਲਤ 'ਚ ਕਾਰਵਾਈ ਹੋਈ ਹੈ ਕੋਈ ਪੁਖਤਾ ਸਬੂਤ ਨਹੀਂ ਲੈ ਕੇ। ਇਹਨਾਂ ਅਫਸਰਾਂ ਦੀ ਭਰਤੀ ਦੇ ਮਾਮਲੇ ਦੇ ਵਿੱਚ ਘੁਟਾਲਾ ਹੋਇਆ, ਜਿਸ ਨੂੰ ਲੈ ਕੇ ਹੁਣ ਸਾਬਕਾ ਵਿਧਾਇਕ ਨੂੰ ਤਾਂ ਗ੍ਰਿਫਤਾਰ ਕਰ ਲਿਆ ਅਤੇ ਬਾਕੀਆਂ ਦੀ ਜਾਂਚ ਜਿਹੜੀ ਲਗਾਤਾਰ ਜਾਰੀ ਹੈ। ਹੁਣ ਦੇਖਣਾ ਹੋਊਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਅੰਦਰ ਹੋਰ ਕਿਹੜੇ ਕਿਹੜੇ ਵੱਡੇ ਲੀਡਰ ਨੇ ਉਹ ਜਿਹੜੇ ਫਸ ਸਕਦੇ ਨੇ। ਇੱਕ ਵਾਰ ਤੁਹਾਨੂੰ ਫਿਰ ਦੱਸ ਦਈਏ ਕਿਸ ਵੇਲੇ ਦੀ ਵੱਡੀ ਖਬਰ, ਸਤਰਾਣਾ ਤੋਂ ਸਾਬਕਾ ਵਿਧਾਇਕ ਸਤਪਾਲ ਸਿੰਘ ਮੋਹੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ, ਜਿਨ੍ਹਾਂ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਹੈ। ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 2008 ਅਤੇ 2009 ਦੌਰਾਨ 312 ਮੈਡੀਕਲ ਅਫਸਰਾਂ ਦੀ ਭਰਤੀ ਦੇ ਮਾਮਲੇ ਦੇ ਵਿੱਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਇਸ ਦੇ ਨਾਲ 4 ਹੋਰ ਮੈਂਬਰਾਂ ਵਿਰੁੱਧ ਜਿਹੜਾ ਕੇਸ ਦਰਜ ਕੀਤਾ ਗਿਆ ਹੈ। ਤਾਂ ਇਸ ਮਾਮਲੇ ਦੇ ਵਿੱਚ ਜਿਹੜਾ ਸਾਬਕਾ ਵਿਧਾਇਕ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਬਾਕੀ ਮੁਲਜ਼ਮਾਂ ਦੀ ਭਾਲ ਲਗਾਤਾਰ ਜਾਰੀ ਹੈ ਅਤੇ ਥਾਂ ਥਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦੱਸਿਆ ਹੈ ਕਿ ਇਹ ਮਾਮਲਾ SIT ਦੀ ਜਾਂਚ ਤੋਂ ਬਾਅਦ ਜਿਹੜਾ ਦਰਜ ਕੀਤਾ ਗਿਆ ਹੈ। ਵੇਰਵੇ ਦੇ ਵਿੱਚ ਉਹਨਾਂ ਨੇ ਖੁਲਾਸਾ ਕਰਦੇ ਹੋਏ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ PPSC ਦੁਆਰਾ 312 SOM ਦੀ ਭਰਤੀ ਦੌਰਾਨ ਹੋਈਆਂ ਬੇਨਜ਼ਮੀਆਂ ਨੂੰ ਚੁਣੌਤੀ ਦਿੰਦੇ ਹੋਏ ਇੱਕ ਪਟੀਸ਼ਨ ਪਾਈ ਗਈ ਸੀ, ਜਿਸ ਦਾ ਨਿਪਟਾਰਾ ਹੋਇਆ। ਤਾਂ ਇਸ ਪੂਰੇ ਮਾਮਲੇ ਦੀ ਜਾਂਚ ਦੇ ਲਈ 22/11/2013 ਨੂੰ ਇੱਕ SIT ਦਾ ਗਠਨ ਕੀਤਾ ਗਿਆ ਅਤੇ ਉਸਦੇ ਹੁਕਮਾਂ ਦੇ ਆਧਾਰ 'ਤੇ ਹੁਣ ਜਿਹੜੀ ਇਹਨਾਂ ਖਿਲਾਫ਼ ਜਿਹੜੀ ਕਾਰਵਾਈ ਕੀਤੀ ਗਈ। ਵਿਜੀਲੈਂਸ ਨੇ ਅੱਜ ਕੋਰਟ ਦੇ ਵਿੱਚ ਦਰਖਾਸਤ ਦਿੱਤੀ ਸੀ ਅਤੇ 3 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਸੀਗਾ, ਜਿਸ ਨੂੰ ਅਸੀਂ ਅਪੋਜ਼ ਕੀਤਾ ਸੀ ਕਿ ਜਿਹੜਾ ਇਹ ਰਿਮਾਂਡ ਦੀ ਰਿਕੁਐਸਟ ਹੈ ਇਹ ਅਨਜੈਨੂਇਨ ਹੈ, ਬਿਕੋਜ਼ ਸਤਵੰਤ ਸਿੰਘ ਮੋਹੀ ਜੀ 73 ਈਅਰਸ ਆਫ ਏਜ ਨੇ, ਕਾਫੀ ਬਿਮਾਰੀਆਂ ਤੋਂ ਉਹ ਗ੍ਰਸਤ ਨੇ, ਬ੍ਰੇਨ ਸਟ੍ਰੋਕ ਹੋ ਕੇ ਹਟਿਆ ਅਤੇ ਕਸਟੋਡੀਅਲ ਇੰਟਰੋਗੇਸ਼ਨ ਆਲਰੇਡੀ ਕੰਪਲੀਟ ਕਰ ਚੁੱਕੇ ਨੇ।
ਡਾਕੂਮੈਂਟਰੀ ਬੇਸਡ ਕੇਸ ਹੈ ਔਰ ਡਾਕੂਮੈਂਟਸ ਆਲਰੇਡੀ ਵਿਜੀਲੈਂਸ ਦੇ ਕਬਜ਼ੇ 'ਚ ਨੇ ਅਤੇ ਨਾਲ ਹੀ ਹਾਈਕੋਰਟ ਦੇ ਵਿੱਚ ਵੀ ਜਦੋਂ ਅਸੀਂ ਪਟੀਸ਼ਨ ਰਿਪਲਾਈ ਫਾਈਲ ਕੀਤਾ ਸੀ ਉਹਦੇ 'ਚ ਵੀ ਅਸੀਂ ਸਾਰੇ ਡਾਕੂਮੈਂਟਸ ਔਨ ਰਿਕਾਰਡ ਲਗਾ ਦਿੱਤੇ ਸੀ। ਸਾਡੀ ਦਲੀਲਾਂ ਨੂੰ ਮੰਨਦੇ ਹੋਏ ਅੱਜ ਜੱਜ ਸਾਹਿਬ ਨੇ ਇੱਕ ਦਿਨ ਦਾ ਸਿਰਫ ਪੁਲਿਸ ਰਿਮਾਂਡ ਦਿੱਤਾ। ਸਰ ਰਿਕਾਰਡ ਹਾਲੇ ਤਾਂ ਵਿਜੀਲੈਂਸ ਨੇ ਵੀ ਨਹੀਂ ਪੇਸ਼ ਕੀਤਾ, ਨਾ ਹੀ ਵਿਜੀਲੈਂਸ ਨੇ ਹਾਲੇ ਤੱਕ ਕੋਈ ਇਸ ਤਰੀਕੇ ਦਾ ਕੋਈ ਪੁਖਤਾ ਸਬੂਤ ਦਿੱਤਾ ਜਿਸਦੇ ਨਾਲ ਸ਼ਮੂਲੀਅਤ ਬਾਰੇ ਕੋਈ ਐਵੀਡੈਂਸ ਸਾਹਮਣੇ ਆਉਂਦਾ ਹੋਵੇ। ਠੀਕ ਹੈ, FIR ਹੋਈ ਹੈ, ਇਨਵੈਸਟੀਗੇਸ਼ਨ ਉਹਨਾਂ ਨੇ ਕਿਹਾ ਵੀ ਅਸੀਂ ਸ਼ੁਰੂ ਕੀਤੀ ਆ, ਬਟ ਐਟ ਦ ਸਟੇਜ ਹੁਣ ਤੱਕ ਜੋ ਅਦਾਲਤ 'ਚ ਕਾਰਵਾਈ ਹੋਈ ਹੈ ਕੋਈ ਪੁਖਤਾ ਸਬੂਤ ਨਹੀਂ ਲੈ ਕੇ। ਇਹਨਾਂ ਅਫਸਰਾਂ ਦੀ ਭਰਤੀ ਦੇ ਮਾਮਲੇ ਦੇ ਵਿੱਚ ਘੁਟਾਲਾ ਹੋਇਆ ਜਿਸ ਨੂੰ ਲੈ ਕੇ ਹੁਣ ਸਾਬਕਾ ਵਿਧਾਇਕ ਨੂੰ ਤਾਂ ਗ੍ਰਿਫਤਾਰ ਕਰ ਲਿਆ ਅਤੇ ਬਾਕੀਆਂ ਦੀ ਜਾਂਚ ਜਿਹੜੀ ਲਗਾਤਾਰ ਜਾਰੀ ਹੈ। ਹੁਣ ਦੇਖਣਾ ਹੋਊਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਅੰਦਰ ਹੋਰ ਕਿਹੜੇ ਕਿਹੜੇ ਵੱਡੇ ਲੀਡਰ ਨੇ ਉਹ ਜਿਹੜੇ ਫਸ ਸਕਦੇ ਨੇ। ਵੀਰੋ ਰਿਪੋਰਟ, D5 ਚੈਨਲ, ਪੰਜਾਬੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ, ਹੋਣਗੇ ਹਰ ਪਹਿਲੂ ਤੇ ਰੋਸ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਤ, ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।